ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਕੀ ਹਾਲ ਚਾਲ ਨੇ ਜੀ? ਉਮੀਦ ਕਰਦੇ ਹਾਂ ਬਾਈ ਸਾਰੇ ਠੀਕ ਠਾਕ ਹੋਵੋਗੇ। ਹਾਂਜੀ ਬਾਈ, ਆਹ ਖੱਤਾ ਜਿਹਦੇ ਵਿੱਚ ਆਪਾਂ ਨੇ ਲਾਸਟ ਬੀਜੀ ਸੀਗੀ ਅਤੇ ਆਪਣਾ ਪਾਣੀ ਤਾਂ ਹੀ ਤੁਹਾਨੂੰ ਲਾਸਟ ਵੀਡੀਓ ਦਿਖਾਇਆ ਸੀਗਾ, ਇਹ 'ਚ ਅੱਜ ਸਵੇਰੇ ਬਾਈ ਕਰ ਗਿਆ ਸਪਰੇ। ਸਵੇਰੇ ਸਾਜਰੇ ਆਇਆ ਸੀਗਾ 5-6 ਵਜੇ, ਮੈਂ ਰਾਤ ਦਾ ਗਿਆ ਸੀਗਾ ਅੰਮ੍ਰਿਤਸਰ, ਕਿਸੇ ਬੰਦੇ ਨੂੰ ਲੈ ਕੇ ਆਉਣਾ ਸੀ ਆਪਾਂ, ਅਤੇ ਇੱਧਰ ਬਾਈ ਆ ਲੇਜ਼ਰ ਕਰੀ ਜਾਂਦਾ, ਇਹ ਵੀ ਆਪਣੀ ਤਿਆਰ ਹੋਈ ਜਾਂਦੀ ਆ, ਬਸ ਇਹਨੂੰ ਵੀ ਆਪਾਂ ਬੀਜ ਦਾਂਗੇ ਅਤੇ ਇੱਧਰ ਹੁਣ ਸਪਰੇ ਹੋਊਗੀ ਅਤੇ ਇਹ ਵੀ ਵਧੀਆ। ਇਹ ਗਿੱਲੇ ਗਿੱਲੇ 'ਚ ਕਰਤੀ ਬਾਈ ਆਪਾਂ, ਉੱਦਣ ਆਪਾਂ ਥੋੜ੍ਹੀ ਜਿਹੀ ਜ਼ਿਆਦਾ ਸੁਕਾ ਕੇ ਕਰੀ ਸੀਗੀ, ਇਹ ਗਿੱਲੇ 'ਚ ਕਰਤੀ, ਉਹ 'ਚ ਥੋੜ੍ਹੇ ਜਿਹੇ ਕੱਖ ਹੋ ਗਏ ਜਿਵੇਂ ਤੁਹਾਨੂੰ ਦਿਖਾਇਆ ਸੀ, ਇਹ 'ਚ ਹੁਣ ਬਿਲਕੁਲ ਵੀ ਨਹੀਂ ਹੋਣੇ, ਜਿਹੜੇ ਮਾੜੇ ਮੋਟੇ ਜੇ ਹੋਣਗੇ ਉਹ ਆਪਾਂ ਕੰਟਰੋਲ ਕਰ ਲਾਂਗੇ। ਹਾਂਜੀ ਬਾਈ, ਆਪਣੇ ਨਾ ਕਮੈਂਟਾਂ ਦੇ ਵਿੱਚ ਇੱਕ ਦੋ ਸਵਾਲ ਜਿਹੜੇ ਆਉਂਦੇ ਸੀਗੇ, ਮੈਂ ਤੁਹਾਨੂੰ ਦੱਸਦਾ ਉਹਨਾਂ ਬਾਰੇ, ਆਪਾਂ ਬਾਈ ਨਾਲੇ ਗੱਲ ਕਰਦੇ ਹਾਂ, ਮੈਂ ਪੁੱਛੀ ਜਾਊਂਗਾ, ਬਾਈ ਜਵਾਬ ਦੇ ਜਾਊਗਾ, ਤੁਹਾਨੂੰ ਸਾਰਿਆਂ ਨੂੰ ਜਵਾਬ ਮਿਲ ਜਾਣਗੇ, ਹੈ ਨਾ, ਅਤੇ ਪੁੱਛਦੇ ਹਾਂ। ਹਾਂ ਬਾਈ, ਜਿਹੜੀ ਆਪਾਂ ਇੱਕ ਦੋ ਜਿਹੜੇ ਸਵਾਲ ਨੇ ਬੰਦੇ ਕਮੈਂਟਾਂ 'ਚ ਪੁੱਛੀ ਜਾਂਦੇ ਨੇ, ਅਤੇ ਮੈਂ ਚੱਲ ਦੱਸ ਦਈਏ, ਅਤੇ ਇੱਕ ਆਪਾਂ ਹੁਣ ਤਾਂ ਕਿਹੜੀਆਂ ਕਿਹੜੀਆਂ ਵਰਾਇਟੀਆਂ ਬੀਜਤੀਆਂ ਅਤੇ ਕਿਹੜੀਆਂ ਕਿਹੜੀਆਂ ਬੀਜਣੀਆਂ ਨੇ? ਆਪਾਂ ਨੇ ਪਹਿਲਾਂ ਤਾਂ ਬੀਜੀ ਆ ਸਿੰਪਲ ਪੂਛਾ, 8 ਕਿੱਲੇ ਉਹਦੇ ਬੀਜ 'ਤੇ, ਅਤੇ ਹੁਣ ਅੱਗੇ ਉਹ ਨਿਕਲਣ ਲੱਗ ਗਈ, ਤੁਹਾਨੂੰ ਦਿਖਾ ਦਾਂਗੇ ਉਹ। ਹਾਂ, ਉਹ ਵੀਡੀਓ 'ਚ ਦਿਖਾਈ ਸੀਗੀ, ਮੈਂ ਦਿਖਾ ਦਿੱਤੀ। ਹੁਣ ਅਸੀਂ 25 ਤੋਂ ਬਾਅਦ ਬੀਜਣੀ ਆ 31 ਆਪਣੇ 16-92 ਠੀਕ ਹੈ, ਠੀਕ ਹੈ, ਤੇ 3 ਕਿੱਲੇ ਬੀਜਾਂਗੇ ਅਸੀਂ 26 ਦੇ, ਠੀਕ ਹੈ। ਤੇ ਆਹ ਆ ਪਾਣੀ ਆਪਾਂ ਨੇ ਸਪਰੇ ਕਰਤੀ ਸੀ ਬਾਈ, ਹੁਣ ਮੈਂ ਦੱਸਤਾ ਸੀ ਬੀਜਣ ਸਾਰ ਇੱਕ ਵਾਰ ਆਪਾਂ ਪਾਣੀ ਦੇ ਦਿੰਦੇ ਹਾਂ, ਜਿਵੇਂ ਹੁਣ ਆਪਾਂ ਬੀਜ ਸਪਰੇ ਤੋਂ ਬਾਅਦ, ਕਈ ਬਾਈ ਪੁੱਛਦੇ ਜੀ ਕਿ ਹੁਣ 90 ਦਿਨ ਪਾਣੀ ਦਿੱਤਾ ਜਾਊਗਾ ਇਹਨੂੰ, ਅਤੇ ਕਿਵੇਂ ਪਾਣੀ ਵੀ ਆਪਾਂ ਨੇ ਗਿੱਲ ਦੇ ਹਿਸਾਬ ਨਾਲ ਦੇਣਾ ਜਾਂ ਦਿਨ ਬੰਨੇ ਪਏ ਨੇ ਵੀ 9 ਦਿਨਾਂ ਬਾਅਦ ਦੇਣੇ ਦੇਣਾ? ਇਹ ਆਪਣੀ ਆਪਣੀ ਜ਼ਮੀਨ ਦਾ, ਜਿਵੇਂ ਹੁਣ ਆਪਣਾ ਰੇਸਲਾ ਬਾਣ ਆ, ਜਿਵੇਂ ਇਹ ਚਿੱਟਾ ਜਿਹਾ ਹੋਊਗਾ, ਟਾਈਟ ਜਿਹਾ ਹੋਊਗਾ ਉੱਪਰੋਂ, ਬਾਈ 'ਚ ਡੈਡੀ ਰਹਿੰਦੀ ਨਾਲ ਬੰਦ ਕਰ ਦੇਣਾ, ਖੜਾਉਣਾ ਨਹੀਂ ਪਾਣੀ, ਆਪਾਂ ਨੇ ਪਤਲਾ ਪਾਣੀ ਦੇ, ਪਤਲਾ ਪਤਲਾ ਪਾਣੀ ਦੇ ਕੇ, ਮਤਲਬ ਕਿ ਵੀ ਵਿੱਚੋਂ ਅੰਦਰੋਂ ਜ਼ਮੀਨ ਦੇ ਵਿੱਚੋਂ ਗਿੱਲ ਨਹੀਂ ਜਾਣੀ ਚਾਹੀਦੀ, ਬਿਲਕੁਲ ਉੱਪਰੋਂ ਵਾਲੀ ਗਿੱਲੀ ਰੱਖਣ ਦੀ ਕੋਈ ਜ਼ਿਆਦਾ, ਹਾਂ ਹਾਂ ਹਾਂ, ਹੈ ਨਾ, ਅਤੇ ਜਦੋਂ ਇਹਦੇ ਵਿੱਚ ਕੱਕ ਕੁੱਕ ਹੋਣ ਮਾੜੇ ਮੋਟੇ, 1-2 ਪੱਤੀਆਂ ਹੋ ਜਾਣ ਨਾਲ ਦੀ ਨਾਲ, ਨੋਮਨੀ ਗੋਲਡ ਕਰ ਦੇਣੀ ਚਾਹੀਦੀ ਹੈ, ਲੇਟ ਨਾ ਲਿਆਵੇ। ਹਾਂ, ਕੱਖਾਂ ਵਾਲੀਆਂ ਬਈ ਸਾਰੀਆਂ ਹੋਣੀ ਚਾਹੀਦੀ ਆ, ਹਾਂ ਉਹ ਵੀ ਗਿੱਲ 'ਚ, ਜਿਵੇਂ ਆਪਾਂ ਅੱਗੇ ਕਰਾਂਗੇ ਤੁਹਾਨੂੰ ਦਿਖਾਵਾਂਗੇ ਵੀ ਜਿਵੇਂ ਜਿਵੇਂ ਕਰਾਂਗੇ। ਯਾਰ ਤੁਸੀਂ ਜਿਹਨੂੰ ਲੋੜ ਹੁੰਦੀ ਆ ਨੰਬਰ ਪਾ ਦਿੰਦਾ ਬਾਈ, ਗੱਲ ਕਰ ਲਿਆ ਕਦੋਂ, ਤੁਹਾਨੂੰ ਸਮਝਾ ਦਿਆ ਕਰਾਂਗੇ ਸਾਰਾ। ਹਾਂ ਬਾਈ, ਮੈਂ ਨੰਬਰ ਵੀ ਦੇਊਂਗਾ ਹੁਣ ਤੁਹਾਨੂੰ, ਮੈਂ ਉਹਦੇ ਵਿੱਚ ਆਪਣਾ ਇਹਦੇ ਨਾਲ ਲਿਖ ਦੂੰਗਾ ਨੰਬਰ, ਹੈ ਨਾ, ਸਕਰੀਨ 'ਤੇ ਤੁਹਾਡੇ ਜਿੱਥੇ ਸਾਹਮਣੇ ਚੱਲਦਾ ਹੋਣਾ, ਤੁਸੀਂ ਬਾਈ ਨੂੰ ਫੋਨ ਕਰਕੇ ਜਿਵੇਂ ਮਰਜ਼ੀ ਪੁੱਛ ਲਿਓ, ਹੈ ਨਾ, ਪਹਿਲਾਂ ਵੀ ਪਾਈ ਹੋਈ ਆ ਆਪਣੀ ਵੀਡੀਓ, ਉਹਦੇ ਵਾਸਤੇ ਬਾਈ ਨੂੰ ਬਹੁਤ ਫੋਨ ਆ। ਕਈ ਬਾਈ ਨੰਬਰ ਪੁੱਛਦੇ ਵੀ ਹੁੰਦੇ ਆ ਇੰਸਟਾਗ੍ਰਾਮ ਵਗੈਰਾ 'ਤੇ, ਕਾਫੀ ਦੇ ਕਮੈਂਟ ਆਉਂਦੇ ਨੇ, ਅਤੇ ਤੁਹਾਨੂੰ ਉਹ ਵੀ ਦੱਸਾਂਗੇ, ਅਤੇ ਬਾਕੀ ਜਿਹੜੇ ਇੱਕ ਦੋ ਜੋ ਤੁਹਾਡੇ ਮਨ 'ਚ ਸਵਾਲ ਆ ਬਾਈ, ਕਮੈਂਟ ਕਰ ਦਿਆ ਕਰੋ, ਆਪਾਂ ਜਿੰਨਾ ਕੁ ਜਿੰਨੇ ਕੁ ਯੋਗੇ ਹੈਗੇ ਆਪਾਂ ਦੱਸਾਂਗੇ ਬਾਈ, ਜਿੰਨਾ ਕੁ ਸਾਡਾ ਐਕਸਪੀਰੀਅੰਸ ਆਪਣਾ ਹੈਗਾ ਤੁਹਾਨੂੰ ਦੱਸਾਂਗੇ ਜ਼ਰੂਰ। ਐਤਕੀ ਬਾਈ ਆਪਣੇ ਤਾਂ ਮਤਲਬ ਕਿ ਉੱਥੇ ਬਸ ਇੱਕ ਖੇਤ, ਜਿਵੇਂ ਤੁਹਾਨੂੰ ਦੱਸਿਆ ਵਾ ਪਹਿਲਾਂ, ਆਪਣੇ ਇੱਕ ਖੇਤ ਬਸ ਥੋੜ੍ਹਾ ਜਿਹਾ ਰਲਾ ਹੁੰਦਾ, ਤਾਂ ਕਰਕੇ ਉੱਥੇ 30 ਵਿਘੇ ਸੌ ਆ ਜਿਹੜਾ ਉਹ ਸਿਰਫ ਅਸੀਂ ਦੂਏ ਲੁੱਟ ਲਵਾਵਾਂਗੇ ਬਈਆਂ ਨੂੰ, ਅਦਰਵਾਈਜ਼ ਬਾਕੀ ਸਾਰੀ ਅਸੀਂ ਨੇ ਐਤਕੀ ਸਿੱਧੀ ਬਿਜਾਈ ਕਰੀ ਆ, ਜੇ ਬਈ ਇਹ 'ਚ ਸਾਨੂੰ ਕੋਈ ਫਾਇਦਾ ਦਿੰਦਾ ਤਾਂ ਹੀ ਆ, ਹੈ ਨਾ, ਅਤੇ ਵਧੀਆ ਚੀਜ਼ ਆ ਬਈ, ਡਰ ਕੱਖਾਂ ਤੋਂ ਡਰ ਹੁੰਦਾ ਬੰਦੇ ਨੂੰ, ਸਾਰੀਆਂ ਦਵਾਈਆਂ ਆ ਗਈਆਂ ਵੀਰੇ, ਸਭ ਕੁਛ ਹੁੰਦਾ, ਅਤੇ ਬਾਕੀ ਹੋਰ ਬਾਈਆਂ ਨੂੰ ਦੱਸਣਾ, ਜਿਹੜੀਆਂ ਘੱਟ ਦਿਨ ਵਾਲੀਆਂ ਕਿਸਮਾਂ ਨੇ ਜਿਵੇਂ 26 ਹੋ ਗਈ, ਆਪਣੀ ਬਾਂਸਪਤੀ ਹੋ ਗਈ, ਇੱਕ ਜਿਹੜੀ ਵੱਧ ਦਿਨ ਲੈਂਦੀ ਆਪਣੀ ਮੁੱਛੜ 1401 ਬਾਈ, ਇਹ ਬਹੁਤ ਕਾਮਯਾਬ ਨੇ ਇਹਦੇ ਵਿੱਚ ਜੇ ਬੀਜੋ। ਕਾਰਨ ਕੀ ਆ, ਜਿਹੜੀ ਆਪਣੀ ਬਾਂਸਪਤੀ ਆ ਇਹਦੇ ਵਿੱਚ ਝੰਡਾ ਰੋਗ ਆਉਂਦਾ,
ਜੇ ਆਪਾਂ ਸਿੱਧੀ ਬਿਜਾਈ ਕਰਾਂਗੇ ਇੱਕ ਪੈਸੇ ਦਾ ਵੀ ਝੰਡਾ ਰੋਗ ਨਹੀਂ, ਨਾਲੇ ਤੁਹਾਡੀ ਦਵਾਈ ਬਚੂਗੀ ਨਾਲੇ ਖਰਚਾ ਘਟੂਗਾ। ਹਾਂ ਪਿੱਛੇ ਸਾਰਿਆਂ ਦੇ ਬਈ ਜਿੰਨੇ ਵੀ ਬਾਸਮਤੀ ਸੀਗੀ ਸਭ ਦੇ ਤਕਰੀਬਨ ਉਹ ਝੰਡਾ ਰੋਗ ਜਾ ਚਿੱਟ ਉਹ ਵਿੱਚੋਂ ਫੋਕੇ ਜਿਹੜੇ ਹੋ ਰਹੇ ਛਿੱਟੇ ਉਹ ਜ਼ਰੂਰ ਆਇਆ ਸੀਗਾ। ਆਪਣੇ ਨਹੀਂ ਬਈ ਉਹ ਪ੍ਰੋਬਲਮ ਆਈ ਸੀਗੀ ਜਿਹੜੀ ਆਪਣੀ ਪਿੱਛੇ ਬਾਸਮਤੀ ਦੀ ਸਿੱਧੀ ਬਿਜਾਈ ਕਰੀ ਹੋਈ ਸੀਗੀ। ਠੀਕ ਹੈ ਜੀ, ਅਤੇ ਬਾਕੀ ਬਈ ਆਪਾਂ ਕਰਦੇ ਰਹਾਂਗੇ ਗੱਲਬਾਤ, ਮਿਲਦੇ ਰਹਾਂਗੇ ਵੀਡੀਓਜ਼ 'ਚ, ਅੱਗੇ ਵੀ ਤੁਹਾਨੂੰ ਦਿਖਾਉਂਦੇ ਰਹਾਂਗੇ। ਆਪਾਂ ਮਿਲਦੇ ਹਾਂ ਫਿਰ ਕਿਸੇ ਅਗਲੀ ਵੀਡੀਓ 'ਚ, ਤਦ ਤੱਕ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ।